biggest South Asian media group, Y Media. ਅੱਜ ਬਰੀਫ ਦੇ ਵਿੱਚ ਵਾਈ ਮੀਡੀਆ ਫੋਰਨ ਪਾਲਿਸੀ ਜਿਹਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਹੈਗੇ ਕਿ ਇੰਡੀਆ ਦੇ ਐਕਸਟਰਨਲ ਫੇਅਰ ਮਿਨਿਸਟਰ ਐਸ ਜੈਸ਼ੰਕਰ ਉਹਨਾਂ ਨੇ ਜਰਮਨੀ ਦੇ ਇੱਕ ਅਖਬਾਰ ਨੂੰ ਬਿਆਨ ਦਿੱਤਾ ਹੈਗਾ ਜਿਹਦੇ ਵਿੱਚ ਕਿ ਉਹਨਾਂ ਨੂੰ ਫਿਰ ਉਹੀ ਸਵਾਲ ਪੁੱਛਿਆ ਗਿਆ ਜੋ ਰੀਸੈਂਟਲੀ ਪੁੱਛਿਆ ਜਾ ਰਿਹਾ ਸੀਗਾ ਰਸ਼ੀਆ ਦੇ ਬਾਰੇ। ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਰਸ਼ੀਆ ਦੇ ਉੱਤੇ ਇੱਕ ਵਾਰ ਫਿਰ ਅਹਿਮ ਸਵਾਲ ਜਿਹੜੇ ਨੇ ਇੰਡੀਆ ਨੂੰ ਦੁਬਾਰਾ ਤੋਂ ਪੁੱਛੇ ਜਾ ਰਹੇ ਨੇ, ਪਹਿਲਾਂ ਵੀ ਪੁੱਛੇ ਜਾ ਰਹੇ ਸੀਗੇ। ਇਸ ਦਾ ਜਵਾਬ ਦਿੰਦਿਆਂ ਇੰਡੀਆ ਦੇ ਐਕਸਟਰਨਲ ਫੇਅਰ ਮਿਨਿਸਟਰ ਐਸ ਜੈਸ਼ੰਕਰ ਨੇ ਕਿਹਾ ਕਿ ਰਸ਼ੀਆ ਸਾਡਾ ਟਾਈਮ ਟੈਸਟਡ ਫਰੈਂਡ ਹੈਗਾ ਔਰ ਇੰਡੀਆ ਰਸ਼ੀਆ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਇਸੇ ਤਰ੍ਹਾਂ ਬਰਕਰਾਰ ਰੱਖਣਾ ਚਾਹੁੰਦਾ ਹੈ। ਔਰ ਅਸੀਂ ਦੱਸ ਦਈਏ ਕਿ ਇੰਡੀਆ ਦੇ ਐਕਸਟਰਨਲ ਫੇਅਰ ਮਿਨਿਸਟਰ ਨੇ ਕਿਹਾ ਹੈ ਕਿ ਰਸ਼ੀਆ ਤੋਂ ਜੇ ਅਸੀਂ ਆਇਲ ਖਰੀਦ ਰਹੇ ਹਾਂ ਤੇ ਬਿਲਕੁਲ ਸਾਡੇ ਉਹ ਪੁਰਾਣੇ ਤਜੁਰਬੇ ਨੇ ਔਰ ਇਹਦੇ ਲਈ ਇੰਡੀਆ ਨੂੰ ਜੇ ਫਾਇਦਾ ਹੋਇਆ ਤੇ ਅਸੀਂ ਜ਼ਰੂਰ ਆਇਲ ਖਰੀਦਾਂਗੇ। ਯਾਦ ਰਹੇ ਕਿ ਅਜੇ ਹਾਲ ਹੀ ਦੇ ਵਿੱਚ ਇੰਡੀਆ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਹੁਣਾਂ ਨੂੰ ਵੀ ਪੁੱਛਿਆ ਗਿਆ ਸੀ ਤੇ ਇੰਡੀਆ ਦੇ ਕੈਬਨਿਟ ਮਿਨਿਸਟਰ ਹਰਦੀਪ ਸਿੰਘ ਪੁਰੀ ਦਾ ਵੀ ਇਹੀ ਜਵਾਬ ਸੀਗਾ ਕਿ ਜੇ ਸਾਨੂੰ $75 or $76 ਦੀ $75 or $76 ਦੀ ਕੋਈ ਚੀਜ਼ ਮਿਲੇਗੀ ਤਾਂ ਅਸੀਂ ਕਿਉਂ ਨਹੀਂ ਲਵਾਂਗੇ, ਅਸੀਂ ਇੰਡੀਆ ਦੇ ਫਾਇਦੇ ਲਈ ਕੰਮ ਕਰ ਰਹੇ ਹਾਂ। ਹਰਦੀਪ ਸਿੰਘ ਪੁਰੀ ਹੁਣਾਂ ਦਾ ਵੀ ਕਹਿਣਾ ਸੀ ਜੇ ਅਸੀਂ ਇਹੀ ਆਇਲ ਤੇਲ ਰਸ਼ੀਆ ਤੋਂ ਨਹੀਂ ਲੈਣਾ ਹੁੰਦਾ ਤਾਂ ਉਹੀ ਚੀਜ਼ ਜੋ $75-$76 ਦੀ ਮਿਲ ਰਹੀ ਹੈ ਉਹ ਸਾਨੂੰ $150-$150 ਦੀ ਮਿਲਣੀ ਸੀਗੀ। ਐਸ ਜੈਸ਼ੰਕਰ ਸਾਹਿਬ ਜਿੱਥੇ ਰਸ਼ੀਆ ਦੇ ਨਾਲ ਕਲੋਜ਼ ਸੰਬੰਧ ਦੀ ਨੂੰ ਲਗਾਤਾਰ ਡਿਫੈਂਡ ਕਰ ਰਹੇ ਨੇ, ਇਹ ਉਹਨਾਂ ਨੂੰ ਲਗਾਤਾਰ ਪੁੱਛਿਆ ਜਾ ਰਿਹਾ। ਸ਼ਾਮ ਨੂੰ ਅਸੀਂ ਹੋਰ ਡਿਟੇਲ ਚ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚੈਨਲ ਵਾਈ ਤੇ ਪੇਸ਼ ਕਰਾਂਗੇ। CNN ਦੇ ਵਿੱਚ ਵੀ ਬਹੁਤ ਬੜਾ ਆਰਟੀਕਲ, ਅਜੇ ਕੱਲ ਹੀ ਮੈਂ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਵੀ ਆਪਣੀ ਵੈਬਸਾਈਟ ਤੇ CNN ਨੇ ਇੱਕ ਬੜਾ ਆਰਟੀਕਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਸ਼ੀਆ ਦੀ ਮਦਦ ਕੋਈ ਹੋਰ ਨਹੀਂ ਸਾਡਾ ਆਪਣਾ ਹੀ ਇੱਕ ਐਲਾਈ ਕਰ ਰਿਹਾ। ਇਹ ਹੈਡਲਾਈਨ ਦੇ ਵਿੱਚ ਸੀਗਾ, ਅੰਦਰ ਡਿਟੇਲ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਕਿੱਦਾਂ ਇੰਡੀਆ ਨੇ ਰਸ਼ੀਆ ਤੋਂ ਬਹੁਤ ਜ਼ਿਆਦਾ ਆਇਲ ਖਰੀਦਿਆ। ਕਿਆ ਵਾਕਈ ਹੀ ਇੰਡੀਆ ਜਿਹੜਾ ਹੈ ਉਹਦੀ ਮਦਦ ਮਿਲ ਰਹੀ ਹੈ ਰਸ਼ੀਆ ਨੂੰ? ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਚਾਈਨਾ ਔਰ ਇੰਡੀਆ ਦੋਨਾਂ ਨੇ ਰਸ਼ੀਆ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਬੜੇ ਸਟਰੋਂਗ ਰੱਖੇ ਹੋਏ ਨੇ। ਦੋਨਾਂ ਨੇ ਬਹੁਤ ਜ਼ਿਆਦਾ ਤੇਲ ਵੀ ਖਰੀਦਿਆ ਰਸ਼ੀਆ ਤੋਂ ਇਸ ਦਰਮਿਆਨ ਔਰ ਬਹੁਤ ਜ਼ਿਆਦਾ ਫਾਇਦਾ ਵੀ ਉਠਾਇਆ ਚਾਈਨਾ ਔਰ ਰਸ਼ੀਆ ਨੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਜਿਹੜੀ ਇਹ ਮਿਊਨਿਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਈ ਸੀ, ਇੱਥੇ ਦੁਨੀਆ ਭਰ ਦੇ ਫੋਰਨ ਮਿਨਿਸਟਰਸ ਆਏ ਹੋਏ ਸੀਗੇ। ਇੱਥੇ ਇੰਡੀਆ ਦੇ ਫੋਰਨ ਮਿਨਿਸਟਰ ਐਸ ਜੈਸ਼ੰਕਰ ਨੇ, ਉਹਨਾਂ ਦੇ ਜਿਹੜੇ ਚਾਈਨੀਜ਼ ਕਾਊਂਟਰ ਪਾਰਟ ਨੇ ਵੈਂਗ ਯੀ, ਉਹਨਾਂ ਦੇ ਨਾਲ ਵੀ ਇਸ ਵੀਕਐਂਡ ਦੇ ਵਿੱਚ ਮਿਊਨਿਕ ਦੇ ਵਿੱਚ ਬਰੀਫਲੀ ਉਹਨਾਂ ਨੇ ਗੱਲਬਾਤ ਕੀਤੀ। ਚਾਈਨੀਜ਼ ਮਿਨਿਸਟਰ ਅਸਲ ਦੇ ਵਿੱਚ ਸਟੇਜ ਤੋਂ ਜਾ ਰਹੇ ਸੀਗੇ ਤੇ ਇੰਡੀਅਨ ਲੀਡਰ ਐਸ ਜੈਸ਼ੰਕਰ ਜਿਹੜੇ ਉੱਪਰ ਸਟੇਜ ਦੇ ਉੱਤੇ ਚੜ ਰਹੇ ਸੀ, ਉਸ ਸਮੇਂ ਥੋੜੀ ਜਿਹੀ ਉਹਨਾਂ ਨੇ ਆਪਸ ਗੱਲਬਾਤ ਕੀਤੀ। ਬਾਕੀ ਐਂਥਨੀ ਬਲਿੰਕਨ ਯੂ ਐਸ ਸੈਕਟਰੀ ਆਫ ਸਟੇਟ ਦੇ ਨਾਲ ਬਹੁਤ ਉਹਨਾਂ ਦੀ ਕਲੋਜ਼ਲੀ ਗੱਲਬਾਤ ਹੋਈ, ਦੋਨਾਂ ਦੀ ਬਾਡੀ ਲੈਂਗੁਏਜ ਔਰ ਜੋ ਇੱਕ ਦੂਸਰੇ ਨੂੰ ਉਹ ਟੋਨੀ ਕਹਿ ਕੇ ਲਗਾਤਾਰ ਕਹਿ ਰਹੇ ਸੀ ਐਂਥਨੀ ਬਲਿੰਕਨ ਨੂੰ ਐਸ ਜੈਸ਼ੰਕਰ, ਔਰ ਉਹ ਜੈ ਮਾਈ ਫਰੈਂਡ ਕਹਿ ਰਹੇ ਸੀ ਐਸ ਜੈਸ਼ੰਕਰ ਨੂੰ, ਸੋ ਉਹ ਔਰ ਤਾਰੀਫ ਵੀ ਬੜੀ ਕਰ ਰਹੇ ਸੀਗੇ ਇੰਡੀਆ ਦੀ, ਫਿਰ ਐਸ ਜੈਸ਼ੰਕਰ ਦੀ ਬੜੀ ਤਾਰੀਫ ਕਰ ਰਹੇ ਸੀ ਐਂਥਨੀ ਬਲਿੰਕਨ, ਸੋ ਉੱਥੋਂ ਉਹਨਾਂ ਦੇ ਵਿੱਚ ਆਪਸ ਚ ਕੰਫਰਟ ਜਿਹੜੀ ਨਜ਼ਰ ਆਈ। ਇਸੇ ਤਰ੍ਹਾਂ ਜਰਮਨੀ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ ਉਹਨਾਂ ਦੇ ਨਾਲ ਵੀ ਕਾਫੀ ਕੰਫਰਟੇਬਲ ਐਸ ਜੈਸ਼ੰਕਰ ਸਾਹਿਬ ਜਿਹੜੇ ਉਹ ਨਜ਼ਰ ਆ ਰਹੇ ਸੀਗੇ, ਸੋ ਉੱਥੋਂ ਰਿਲੇਸ਼ਨ ਦਾ ਅੰਦਾਜ਼ਾ ਹੋ ਰਿਹਾ। ਅਸੀਂ ਅੱਜ ਦਾ ਸਾਡਾ ਮਿਡਵੀਕ ਅਖਬਾਰ ਤਿਆਰ ਹੋ ਰਿਹਾ, ਫਰੰਟ ਪੇਜ ਤੇ ਤਸਵੀਰ ਲੱਗੀ ਹੋਈ ਹੈ ਕੈਨੇਡਾ ਦੇ ਫੋਰਨ ਮਿਨਿਸਟਰ ਮੈਲਨੀ ਜੋਲੀ ਦੀ ਔਰ ਇੰਡੀਆ ਦੇ ਐਕਸਟਰਨਲ ਫੇਅਰ ਮਿਨਿਸਟਰ ਐਸ ਜੈਸ਼ੰਕਰ ਦੀ। ਕੈਨੇਡਾ ਔਰ ਇੰਡੀਆ ਦੇ ਵਿੱਚ ਵੀ ਦੋਨਾਂ 'ਚ ਜੋ ਗੱਲਬਾਤ ਹੋਈ ਹੈਗੀ ਆ ਉਹਦੀ ਵੀ ਡਿਟੇਲ ਰਿਪੋਰਟ ਅੱਜ ਦੇ ਅਸੀਂ ਮਿਡਵੀਕ ਅਖਬਾਰ ਦੇ ਵਿੱਚ ਪੇਸ਼ ਕਰ ਰਹੇ ਹਾਂ। ਕਈ ਅਹਿਮ ਮੁੱਦਿਆਂ ਦੇ ਉੱਤੇ ਕੈਨੇਡਾ ਔਰ ਇੰਡੀਆ ਨੇ ਵੀ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।